सर दसो अजकल की करफ्यू का माहौल चल रहा है? माहौल बस ठीक है जी, हम लोगों को लॉकडाउन तो थोड़ी छूट मिली है। अच्छा, करफ्यू से छूट मिली है, इस करके कुछ दुकाना खुलियां, कारोबार लोग दिहाड़ी टप्पे वाले भी जा रहे हैं, अपना अपना कारोबार करने की कोशिश कर रहे हैं। ਜਲੰਧਰ 'ਚ ਕੇਸ ਵੱਧ ਰਹੇ ਆ ਅਤੇ ਛੂਟ ਮਿਲੇਗੀ ਤਾਂ ਜ਼ਿਆਦਾ ਕੇਸ ਹੋ ਗਏ? ਛੂਟ ਮਿਲਣੀ ਵੀ ਜ਼ਰੂਰੀ ਸੀ, ਪਰ ਜੇ ਮਿਲੀ ਹੈ ਤਾਂ ਲੋਕਾਂ ਨੂੰ ਆਪਣਾ ਸੋਸ਼ਲ ਡਿਸਟੈਂਸ ਦਾ ਪ੍ਰਯੋਗ ਕਰਨਾ ਚਾਹੀਦਾ। ਲੋਕ ਘੱਟ ਬਾਹਰ ਆਉਣ ਜਿਹਨੂੰ ਜ਼ਰੂਰਤ ਆ, ਜੇ ਕਿਸੇ ਨੇ ਬਾਈਕ 'ਤੇ ਆਉਣਾ ਤਾਂ ਇੱਕ ਮੈਂਬਰ ਆਵੇ, ਜ਼ਿਆਦਾ ਨਾ ਆਉਣ। ਸਰਕਾਰ ਤਾਂ ਉਹ ਚੀਜ਼ ਕਹਿੰਦੀ ਆ ਵੀ ਆਪਣਾ ਬਚਾਅ ਆਪ ਰੱਖੋ, ਆਪਾਂ ਤਾਂ ਹੀ ਕਰੋਨਾ ਵਾਇਰਸ ਨੂੰ ਹਰਾ ਸਕਾਂਗੇ, ਨਹੀਂ ਤਾਂ ਅਸੀਂ ਕਰੋਨਾ ਤੋਂ ਹਾਰ ਜਾਵਾਂਗੇ। ਕੰਮ ਕਾਰ ਤੁਹਾਡਾ ਕਿਤੇ ਚੱਲਦਾ ਪਿਆ? ਡੇਢ ਸੌ ਰੁਪਇਆ ਬਣਾਇਆ ਅਤੇ ਸਵੇਰ ਦਾ ਮੈਂ ਰੋਟੀ ਖਾਣ ਨਹੀਂ, 6 ਵਜੇ ਦਾ ਆਇਆ ਨਾ ਬਾਬਾ। ਠੀਕ ਹੈ, ਹੋ ਸਕਦਾ ਕਿ ਜਿੱਦਾਂ ਕੇਸ ਵੱਧ ਰਹੇ ਆ ਵਿੱਚ ਫਿਰ ਲੋਕਡਾਊਨ ਹੋ ਜਾਵੇ? ਹਾਂਜੀ, ਤੁਸੀਂ ਕੀ ਚਾਹੁੰਦੇ ਕਿੱਦਾਂ ਕੀ ਸਰਕਾਰ ਨੂੰ ਸੰਦੇਸ਼ ਕੀ ਦੇਣਾ ਚਾਹੁੰਦੇ, ਕੀ ਕਰਨਾ ਚਾਹੀਦਾ? ਮੇਰੇ ਹਿਸਾਬ ਨਾਲ ਸਰਕਾਰ ਨੂੰ ਸੰਦੇਸ਼ ਦੇਣਾ ਚਾਹੀਦਾ, ਜੇ ਤਾਂ ਮੰਨ ਲਓ ਲੋਕਡਾਊਨ ਲਾਉਣਾ ਤਾਂ ਜਿੱਦਾਂ ਸਾਡੇ ਜਿਹੜੇ ਮਜ਼ਦੂਰ ਬੰਦੇ ਉਹਨਾਂ ਦਾ ਵੀ ਮਾੜਾ ਮੋਟਾ ਸੋਚਣਾ ਚਾਹੀਦਾ। ਜਿਹੜੀ ਸਰਕਾਰ ਦੇ ਲਾਓ ਨੇ ਉਹਨਾਂ ਨੂੰ ਮੰਨਾਂਗੇ। ਮੰਨ ਲਓ ਅਸੀਂ ਕੋਈ ਦਵਾਈ ਲੈਣ ਜਾਣੀ ਹੈ, ਇੱਕ ਮੈਂਬਰ ਘਰ 'ਚ ਜਾ ਦਾਂਗਾ, ਰਾਸ਼ਨ ਲੈਣ ਜਾਣਾ ਇੱਕ ਮੈਂਬਰ ਜਾਵੇ, ਜ਼ਿਆਦਾ ਨਾ ਜਾਣ, ਅਤੇ ਕੁਛ ਤੁਹਾਡੀ ਸੇਵਾ ਲਈ ਹਾਜ਼ਰ ਆ, ਇੱਥੇ ਹਰ ਵੇਲੇ 24 ਘੰਟੇ ਸੇਵਾ ਵਾਸਤੇ ਖੜ੍ਹੇ ਜੀ।